ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਰੀਤ ਕੌਰ, ਨਿਊਜ਼ ਟੀਵੀ 84 ਦੇ ਨਾਲ। ਵਿਅਰਸ, ਅੱਜ ਦੇ ਟੀਵੀ 84 ਨਿਊਜ਼ ਦੇ ਸੈਗਮੈਂਟ ਦੇ ਵਿੱਚ ਅਸੀਂ ਵਿਸ਼ੇਸ਼ ਗੱਲਬਾਤ ਕਰਾਂਗੇ ਸਿੱਖ ਐਕਟਿਵਿਸਟ ਸਰਦਾਰ ਪਵਨਪ੍ਰੀਤ ਸਿੰਘ ਜੀ ਦੇ ਨਾਲ, ਜਿਨ੍ਹਾਂ ਦੀ ਇਨਵੋਲਵਮੈਂਟ ਸਿੱਖ ਯੂਥ ਫੈਡਰੇਸ਼ਨ ਅਤੇ ਸਿੱਖ ਯੂਥ ਫੰਡ ਦੇ ਨਾਲ ਹੈ, ਅਤੇ ਦਮਦਮਾ ਸਾਹਿਬ ਵਿਖੇ ਵਿਸਾਖੀ ਦੇ ਇਤਿਹਾਸਿਕ ਦਿਹਾੜੇ ਮੌਕੇ ਇਨ੍ਹਾਂ ਨੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵਿੱਚ ਸ਼ਾਮਿਲ ਹੋਣ ਦਾ ਵੀ ਫੈਸਲਾ ਲਿਆ ਹੈ। ਵਿਅਰਸ, ਪਪਲਪ੍ਰੀਤ ਸਿੰਘ ਉਹ ਸ਼ਖਸੀਅਤ ਹਨ ਜਿਨ੍ਹਾਂ ਨੇ ਨਵੰਬਰ 10 2015 ਦੇ ਸਰਬੱਤ ਖਾਲਸਾ ਮੌਕੇ ਭਾਈ ਨਾਰਾਇਣ ਸਿੰਘ ਚੋੜਾ ਜੀ ਦਾ ਸੁਨੇਹਾ ਸਿੱਖ ਕੌਮ ਦੇ ਰੂਬਰੂ ਕੀਤਾ ਸੀ, ਅਤੇ ਇਨ੍ਹਾਂ 'ਤੇ ਵੀ ਬਾਕੀ ਸਿੰਘਾਂ ਵਾਂਗੂ ਦੇਸ਼ ਧਰੋਹ ਦਾ ਕੇਸ ਪਾ ਦਿੱਤਾ ਗਿਆ ਸੀ, ਪਰ ਸਮਹਾਉ ਹੀ ਮੈਨੇਜ ਟੂ ਐਸਕੇਪ। ਸੋ ਵਿਅਰਸ, ਅੱਜ ਅਸੀਂ ਪਪਲਪ੍ਰੀਤ ਸਿੰਘ ਜੀ ਨਾਲ ਉਹਨਾਂ ਦੇ ਪਿਛੋਕੜ, ਜ਼ਿੰਦਗੀ, ਸਟਰਗਲ, ਉਹਨਾਂ ਦੀ ਕੌਮ ਪ੍ਰਤੀ ਸੇਵਾ ਸੰਬੰਧੀ ਗੱਲਬਾਤ ਕਰਾਂਗੇ। ਤਾਂ ਸਾਨੂੰ ਹੁਣ ਅੰਮ੍ਰਿਤਸਰ ਤੋਂ ਫੋਨ ਲਾਈਨ 'ਤੇ ਜੁੜ ਚੁੱਕੇ ਨੇ ਸਰਦਾਰ ਪਪਲਪ੍ਰੀਤ ਸਿੰਘ। ਜੀ ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਤਹਿਰੀਰ ਕੌਰ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ। ਜੀ ਵੀਰ ਜੀ, ਸਭ ਤੋਂ ਪਹਿਲਾਂ ਤਾਂ ਟੀਵੀ 84 ਦੇ ਦਰਸ਼ਕਾਂ ਦੇ ਪਹਿਲੀ ਵਾਰ ਰੂਬਰੂ ਹੋਣ 'ਤੇ ਮੈਂ ਤੁਹਾਡਾ ਵੈਲਕਮ ਕਰਦੀ ਹਾਂ। ਸੋ ਵੀਰ ਜੀ, ਅੱਜ ਤੁਸੀਂ ਪਹਿਲੀ ਵਾਰ ਸਾਡੇ ਦਰਸ਼ਕਾਂ ਦੇ ਰੂਬਰੂ ਹੋ ਰਹੇ ਹੋ, ਸੋ ਸਭ ਤੋਂ ਪਹਿਲਾਂ ਅਸੀਂ ਤੁਹਾਡੇ ਬਾਰੇ ਜਾਣਨਾ ਚਾਹਾਂਗੇ, ਤੁਹਾਡੇ ਪਿਛੋਕੜ ਤੋਂ ਸ਼ੁਰੂ ਕਰਦੇ ਹਾਂ। ਤੁਸੀਂ ਇੱਕ ਸਿੱਖ ਐਕਟਿਵਿਸਟ ਹੋ, ਸਿੱਖ ਕੌਮ ਪ੍ਰਤੀ ਜਿਹੜੀ ਇਹ ਸੇਵਾ ਹੈ, ਇਸ ਨਾਲ ਤੁਸੀਂ ਕਿਵੇਂ ਜੁੜੇ, ਸਾਨੂੰ ਸਭ ਤੋਂ ਪਹਿਲਾਂ ਇਸ ਬਾਰੇ ਜਾਣਕਾਰੀ ਦਿਓ। ਹਾਂਜੀ ਭੈਣ ਜੀ, ਤੁਹਾਡਾ ਵੀ ਸਾਰਿਆਂ ਦਾ ਧੰਨਵਾਦ। ਟੀਵੀ 84 ਦੇ ਦਰਸ਼ਕਾਂ ਅਤੇ ਸਾਰੀ ਟੀਮ ਨੂੰ ਮੈਂ ਦੁਬਾਰਾ ਫਤਿਹ ਬੁਲਾਉਂਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰਾ ਜੁੜਨਾ ਭੈਣ ਜੀ ਇੱਕ ਸਿੱਖ ਦੇ ਫਰਜ਼ ਵਜੋਂ ਹੀ ਮੈਂ ਲੈਂਦਾ ਵਾਂ, ਇਹ ਕੋਈ ਸਪੈਸ਼ਲ ਤੌਰ ਤੇ ਨਹੀਂ ਗਾ, ਪਰ ਹਾਂ ਇਹ ਗੱਲ ਜ਼ਰੂਰ ਆ ਕਿ ਜਿਵੇਂ 2007 ਦੇ ਵਿੱਚ ਜਿਹੜੀਆਂ ਦੋ ਵੱਡੀਆਂ ਘਟਨਾਵਾਂ ਹੋਈਆਂ, ਇੱਕ ਸਿਰਸੇ ਵਾਲੇ ਪਖੰਡੀ ਵੱਲੋਂ ਦਸਵੇਂ ਪਾਤਸ਼ਾਹ ਦੀ ਨੌਕਰੀ ਉਤਾਰੇ ਜਾਣਾ, ਜਿਹੜਾ ਉਹਨੇ ਬਾਣਾ ਪਾਇਆ, ਜੂਸਾ ਵਰਜਿਆ ਅਤੇ ਨਕਲੀ ਅੰਮ੍ਰਿਤ ਜਿਹੜਾ ਤਿਆਰ ਕਰਕੇ ਜੋ ਕੁਛ ਉਹਨੇ ਪਖੰਡ ਕੀਤਾ। ਫਿਰ ਉਸੇ ਸਾਲ ਦੇ ਵਿੱਚ ਦੋ ਸਿੱਖਾਂ ਨੂੰ ਜਿਹੜਾ ਫਾਂਸੀ ਸੁਣਾਈ ਗਈ, ਭਾਈ ਅਵਤਾਰ ਸਿੰਘ ਖਵਾਰਾ ਅਤੇ ਭਾਈ ਬਲਵੰਤ ਸਿੰਘ ਰਾਜੋਆਣਾ, ਇਹਨਾਂ ਦੋ ਘਟਨਾਵਾਂ ਨੇ ਮੇਰੇ ਤੇ ਵੱਡਾ ਅਸਰ ਪਾਇਆ। ਮੈਂ ਉਦੋਂ ਤੋਂ ਪਹਿਲਾਂ ਜੋਬ ਕਰਦਾ ਸੀ, ਫਿਰ ਮੈਂ ਉਸ ਤੋਂ ਬਾਅਦ ਪੂਰੀ ਟਾਈਮ ਦਾ ਫੀਲਡ ਵਰਕਰ ਬਣ ਗਿਆ। ਓਕੇ, ਸੋ ਇਹ ਦੋ ਵੱਡੀਆਂ ਘਟਨਾਵਾਂ ਨੇ ਜਿਹੜਾ ਵੱਡਾ ਚੇਂਜ ਲਿਆਂਦਾ। ਜੀ ਜੀ ਵੀਰ ਜੀ, ਤੇ ਵੀਰ ਜੀ, ਜਿਸ ਤੁਹਾਡੀ ਇਨਵੋਲਵਮੈਂਟ ਸਿੱਖ ਯੂਥ ਫੈਡਰੇਸ਼ਨ ਅਤੇ ਸਿੱਖ ਯੂਥ ਫੰਡ ਦੇ ਨਾਲ ਵੀ ਹੈ, ਸਾਨੂੰ ਇਸ ਇਹਨਾਂ ਜਥੇਬੰਦੀਆਂ ਬਾਰੇ ਵੀ ਜਾਣਕਾਰੀ ਦਿਓ, ਤੁਸੀਂ ਇਹਨਾਂ ਨੇ ਕਿਸ ਤਰ੍ਹਾਂ ਇਨਵੋਲਵਮੈਂਟ ਹੋਈ ਤੁਹਾਡੀ? ਹਾਂਜੀ, ਦੋਵੇਂ ਗਰੁੱਪ ਜਿਹੜੇ ਨੇ ਮੋਸਟਲੀ ਅੰਮ੍ਰਿਤਸਰ ਬੇਸਡ ਨੇ। ਓਕੇ, ਤੇ ਸਿੱਖ ਯੂਥ ਫੈਡਰੇਸ਼ਨ ਪਿੰਡਾਂ ਵਾਲਾ ਦੀ ਮੈਂ ਗੱਲ ਕਰਦਾ ਕਿ ਉਹਨਾਂ ਦਿਨਾਂ 'ਚ ਜਦੋਂ ਕਿ ਮੈਂ ਅੰਮ੍ਰਿਤਸਰ ਐਕਟਿਵ ਰਿਹਾ ਜ਼ਿਆਦਾਤਰ, ਜੀ ਫਿਰ ਜਿਹੜੀ ਜਥੇਬੰਦੀ ਆ ਸਿੱਖ ਯੂਥ ਫੈਡਰੇਸ਼ਨ ਪਿੰਡਾਂ ਵਾਲਾ, ਇਹਦੇ ਪਿੱਛੇ ਰਹਿ ਕੇ ਮੈਂ ਸੇਵਾ ਕਰਦਾ ਰਿਹਾ ਬਿਨਾਂ ਕਿਸੇ ਅਹੁਦੇ ਦੇ ਉੱਤੇ। ਪ੍ਰੋਗਰਾਮ ਲਿਖਣੇ, ਸਿਰੇ ਚਾੜਨੇ, ਪ੍ਰੈਸ ਨੋਟ ਲਿਖਣੇ, ਪੱਤਰਕਾਰਾਂ ਤੱਕ ਪਹੁੰਚਾਉਣੇ, ਮਾਰਚ ਕੱਢਣੇ, ਜਾਂ ਜੋ ਵੀ ਨੌਜਵਾਨਾਂ ਤੱਕ ਗੱਲਬਾਤ ਹੁੰਦੀ ਹੈ, ਬਹਿ ਕੇ ਵੀ ਵਿਚਾਰਾਂ ਕਰਨੀਆਂ, ਮੈਂ ਇਹ ਕਰਦਾ ਰਿਹਾ ਇਹ ਲਗਭਗ 2014 ਦੇ ਤੱਕ 7 ਸਾਲ। ਹਾਂਜੀ, ਫਿਰ 2014 ਚ ਅਸੀਂ ਸਿੱਖ ਯੂਥ ਫਰੰਟ ਬਣਾਈ, ਉਹਦੇ ਤਹਿਤ ਸੈਮੀਨਾਰ ਕਰਨੇ, ਸ਼ਹੀਦੀ ਦਿਹਾੜੇ ਮਨਾਉਣੇ ਅਤੇ ਨੌਜਵਾਨਾਂ ਨਾਲ ਸੰਪਰਕ ਬਣਾਉਣਾ, ਇਹ 3 ਪ੍ਰਮੁੱਖ ਕੰਮ ਰਹੇ ਆ। ਸੋ ਇਹੀ ਜਿਹੜਾ ਦੋ ਜਥੇਬੰਦੀਆਂ ਨੇ, ਜਿੰਨੀ ਜਿਹੀ ਸੇਵਾ ਕਰ ਸਕੇ ਆ ਉਹ ਸਾਰਿਆਂ ਦੇ ਸਾਹਮਣੇ ਆ ਜੀ। ਓਕੇ, ਸਵੀਰ ਜੀ, ਜਦੋਂ ਬਾਪੂ ਸੂਰਤ ਸਿੰਘ ਖਾਲਸਾ ਜੀ ਨੂੰ ਜ਼ਬਰਦਸਤੀ ਚੁੱਕ ਕੇ ਲਾਸਟ 'ਚ ਆਈ ਥਿੰਕ ਹੋਸਪਿਟਲ ਲਿਜਾਇਆ ਜਾ ਰਿਹਾ ਸੀ, ਕਿਉਂਕਿ ਉਸ ਵੇਲੇ ਤੁਸੀਂ ਇੱਕ ਜਨਰਲ ਸਕੱਤਰ ਸੀਗੇ ਸਿੱਖ ਯੂਥ ਫੰਡ ਦੇ, ਰਾਈਟ, ਤੁਹਾਨੂੰ ਵੀ ਗ੍ਰਿਫਤਾਰ ਕੀਤਾ ਗਿਆ, ਉਹ ਐਕਸਪੀਰੀਅੰਸ ਔਰ ਸਪੈਸ਼ਲਿਸਟ ਤਾਂ 2009 ਦੇ ਵਿੱਚ ਵੀ ਤੁਹਾਡੇ 'ਤੇ ਕਾਫੀ ਸਾਰੇ ਕੇਸਿਸ ਰਜਿਸਟਰ ਹੋਏ ਨੇ, ਉਹਨਾਂ ਐਕਸਪੀਰੀਅੰਸਿਸ ਬਾਰੇ ਸਾਰੇ ਦਰਸ਼ਕਾਂ ਨੂੰ ਜਾਣਕਾਰੀ ਦਿਓ। ਹਾਂਜੀ, ਬਾਪੂ ਸੂਰਤ ਸਿੰਘ ਹੋਰਾਂ ਨੇ ਜਿਹੜੀ ਭੁੱਖ ਹੜਤਾਲ ਆਰੰਭ ਕੀਤੀ 16 ਜਨਵਰੀ 2015 ਨੂੰ, ਜੀ, ਤੇ ਉਦੋਂ ਤੱਕ ਮੁੱਢਲੇ ਰੂਪ ਚ ਜਿਹੜੀਆਂ ਜਥੇਬੰਦੀਆਂ ਗਈਆਂ ਸਨ, ਜਾਂ 2 ਜਾਂ 3, ਉਹਨਾਂ ਵਿੱਚ ਪਹੀਏ ਅਸੀਂ ਸਾਂ। 28 ਜਨਵਰੀ ਨੂੰ ਪਹਿਲੀ ਵਾਰ ਬਾਪੂ ਜੀ ਕੋਲ ਚਲੇ ਗਏ ਸਾਂ ਅਸੀਂ, ਜੀ। 2015 ਦੇ ਵਿੱਚ ਲਗਾਤਾਰ ਗ੍ਰਿਫਤਾਰੀ ਤੋਂ ਪਹਿਲਾਂ ਆਉਣਾ ਜਾਣਾ ਲਗਾਤਾਰ ਬਣਿਆ ਰਿਹਾ, ਜੀ। ਉਹਦੇ ਵਿੱਚ 3 ਅਗਸਤ 2005 ਨੂੰ 57 ਦਾ ਇੱਕ ਨਕਲੀ ਜਿਹਾ ਕੇਸ ਪੁਲਿਸ ਨੇ ਪਾਇਆ ਸੀ, ਜੀਠਾ ਪੁਲਿਸ ਨੇ। ਓਕੇ, ਉਹ ਕਹਿੰਦੇ ਸਨ ਕਿ ਸਰਕਾਰ ਦੇ ਖਿਲਾਫ ਲੋਕਾਂ ਨੂੰ ਭੜਕਾ ਰਿਹਾ ਹੈ, ਜੀ। ਚਲ ਉਹਨਾਂ ਨੂੰ ਗ੍ਰਿਫਤਾਰ ਕਰਕੇ ਲੈ ਕੇ ਜੀ ਅਹਤਿਆਤ ਵਜੋਂ ਲੈ ਕੇ ਇਕੱਲੇ, ਮੈਂ ਥਾਣੇਦਾਰ ਨੂੰ ਕਿਹਾ ਵੀ ਕਿ ਦੱਸ ਦਿਓ ਜੇ ਕੇਸ ਪਾਉਣਾ ਤੇ ਆਪਾਂ ਕੱਪੜੇ ਹੁਣੇ ਲੈ ਲਈਏ ਨਾਲ। ਓਕੇ, ਉਹਨੇ ਕਿਹਾ ਨਹੀਂ ਜੀ, ਇਸ ਖਿਲਾਫ਼ ਸਾਨੂੰ ਛੱਡ ਦੇਣਾ ਵਾ, ਉਹ ਜੀ ਲੈ ਕੇ ਚੱਲੇ ਆ ਜੀ। ਫਿਰ ਇਹਨਾਂ ਨੇ ਜੇਲ੍ਹ ਭੇਜ ਦਿੱਤਾ ਸੀ। ਹੁਣ ਠੀਕ ਹੈ, ਆਪਾਂ ਇੱਕ ਵੱਡੇ ਸਾਧਨ ਰਾਹੀਂ ਗੱਲ ਕਰ ਰਿਹਾ, ਮੈਂ ਅੱਜ TV84, ਇਸ ਤੋਂ ਪਹਿਲਾਂ ਮੈਂ ਲਗਭਗ ਠੀਕ ਹੈ ਅਕਾਲ ਚੈਨਲ ਤੇ ਵੀ ਗੱਲ ਕੀਤੀ, ਜਾਂ ਮੇਰਾ ਬਹੁਤ ਸਾਰਾ ਵਾਸਤਾ ਰੇਡੀਓ ਨਾਲ ਹੀ ਰਹਿੰਦਾ ਵਾ। ਓਕੇ,
ਇੱਥੇ ਵੇਖਣ ਵਾਲੀ ਗੱਲ ਇਹ ਆ ਕਿ ਆਪਾਂ ਸਾਰੇ ਖਾਲਿਸਤਾਨ ਦੀ ਗੱਲ ਕਰਦੇ ਹਾਂ ਤੇ ਉੱਥੇ ਕਈ ਲੋਕ ਜਿਹੜੇ ਵਿਰੋਧ ਚ ਉਤਰਦੇ ਆ, ਜੁਡੀਸ਼ਰੀ ਦੀ ਮਿਸਾਲ ਦਿੰਦੇ ਆ ਜੀ, ਇਨਸਾਫ਼ ਤਾਂ ਲਿਆ, ਅਦਾਲਤਾਂ ਤੇ ਵਿਸ਼ਵਾਸ ਰੱਖੋ ਜੀ। ਇੱਕ ਬਹੁਤ ਛੋਟਾ ਕੇਸ ਮੰਨਿਆ ਜਾਂਦਾ ਸਤਵਿੰਦਰ ਜੀ ਦੀ ਮੈਂ ਗੱਲ ਕਰ ਰਿਹਾ ਜੀ, ਪਰ ਇੱਥੋਂ ਦੀ ਪੁਲਿਸ ਅਤੇ ਜੁਡੀਸ਼ਰੀ ਕੀ ਕਰਦੀ ਆ, ਮੈਨੂੰ ਇੱਥੋਂ ਫੜ ਕੇ ਲਿਜਾਂਦੇ ਆ, ਰਾਤ ਥਾਣੇ ਰੱਖਦੇ ਆ, ਉੱਤੋਂ ਅਗਲੀ ਸ਼ਾਮ 7 ਵਜੇ ਦੇ ਕਰੀਬ ਸ਼ਹਿਰੀ ਅੰਮ੍ਰਿਤਸਰ ਦੇ ਵਿੱਚ ਲੈ ਕੇ ਗਏ ਅਤੇ ਉੱਥੇ ਮਜਿਸਟ੍ਰੇਟ ਨਹੀਂ ਸੀ ਡਿਊਟੀ ਦੇ ਉੱਤੇ, ਜੱਜ ਮੌਜੂਦ ਨਹੀਂ ਸੀ, ਰਾਤ 6 ਥਾਣੇ ਲੈ ਆਏ, ਥਾਣੇ ਤੋਂ ਸਿੱਧਾ ਮੈਨੂੰ ਜੇਲ੍ਹ ਸੁੱਟਿਆ ਗਿਆ। ਵੇਖੋ ਇੱਕ ਹਵਾਲਾਤੀ ਵਜੋਂ ਇਹ ਹੱਕ ਹੁੰਦਾ ਕਿ ਸਾਨੂੰ ਜੱਜ ਦੇ ਸਾਹਮਣੇ ਪੇਸ਼ ਕੀਤਾ ਜਾਣਾ, ਜੱਜ ਨੇ ਰਿਮਾਂਡ ਦੇਣਾ ਜਾਂ ਲਿਖ ਕੇ ਭੇਜਣਾ ਕਿ ਜੇਲ੍ਹ ਭੇਜੋ, ਪਰ ਇਹ ਸਾਰੇ ਕੰਮ ਪੁਲਿਸ ਆਪਣੇ ਆਪ ਕਰ ਲੈਂਦੀ ਆ, ਇੱਥੋਂ ਵੀ ਜੱਜ ਦੇ ਮੱਥੇ ਵੀ ਨੀ ਲਾਇਆ ਜਾਂਦਾ ਤੇ ਬੰਦੇ ਨੂੰ ਜੇਲ੍ਹ ਸੁੱਟਿਆ ਜਾਂਦਾ। ਬਿਲਕੁਲ, ਸਰਬੱਤ ਖਾਲਸਾ ਵੱਲ ਜਾਣੇ, ਜਿਸ ਤਰ੍ਹਾਂ 10 ਨਵੰਬਰ 2015 ਨੂੰ ਸਰਬੱਤ ਖਾਲਸਾ ਬੁਲਾਇਆ ਗਿਆ, ਸਰਬੱਤ ਖਾਲਸਾ ਦਾ ਮਕਸਦ ਹੁੰਦਾ ਹੈ ਕਿ ਜਿਹੜੀ ਸਿੱਖ ਕੌਮ ਹੈ ਉਸਦੇ ਭਵਿੱਖ ਦੇ ਲਈ ਰਾਜਨੀਤਿਕ, ਆਰਥਿਕ ਅਤੇ ਸਮਾਜਿਕ ਤੌਰ ਤੇ ਜਿਹੜੀਆਂ ਪ੍ਰੋਬਲਮਸ ਨੇ ਜਾਂ ਫਿਰ ਉਸਨੂੰ ਕਿਸ ਤਰ੍ਹਾਂ ਚੜ੍ਹਦੀ ਕਲਾ ਦੇ ਵਿੱਚ ਰੱਖਣਾ ਹੈ ਸਿੱਖ ਕੌਮ ਨੂੰ, ਉਸ ਬਾਰੇ ਗੱਲਬਾਤ ਹੁੰਦੀ ਹੈ। ਇਸ ਜਿਹੜਾ ਇਕੱਠ ਹੋਇਆ ਸੀ ਤੁਸੀਂ ਇਸ ਗੈਦਰਿੰਗ ਦੇ ਵਿੱਚ ਭਾਈ ਨਾਰਾਇਣ ਸਿੰਘ ਚੋੜਾ ਜੀ ਦਾ ਮੈਸੇਜ ਪੜਿਆ ਸੀਗਾ ਸਾਰੀ ਸਿੱਖ ਕੌਮ ਦੇ ਲਈ, ਤੁਹਾਡੇ ਤੇ ਸਡੀਸ਼ਨ ਕੇਸ ਪਾ ਦਿੱਤਾ ਗਿਆ, ਸਾਨੂੰ ਓਵਰਆਲ ਸਰਬੱਤ ਖਾਲਸਾ ਦਾ ਐਕਸਪੀਰੀਅੰਸ ਅਤੇ ਉਸ ਤੋਂ ਬਾਅਦ ਜੋ ਤੁਹਾਡੇ ਨਾਲ ਵਾਪਰਿਆ ਉਸ ਬਾਰੇ ਵੀ ਜਾਣਕਾਰੀ ਦਿਓ ਜੀ। ਮੈਂ ਮੁੱਢਲੇ ਵਿੱਚ ਕੁਝ ਗੱਲਾਂ ਕਰਨੀਆਂ ਚਾਹੁੰਦਾ ਜੀ। ਸਰਬੱਤ ਖਾਲਸਾ ਹਮੇਸ਼ਾ ਸਰਕਾਰਾਂ ਦੇ ਨਾਲ ਟਕਰਾਅ ਚੋਂ ਉਪਜਦੇ ਆ। ਓਕੇ, ਇਹ ਕੋਈ ਸਿੱਖਾਂ ਨੂੰ ਚਾਅ ਨਹੀਂ ਹੁੰਦਾ ਕਿ ਲੱਖਾਂ ਦਾ ਇਕੱਠ ਕਰ ਲੈਣਾ ਜੀ, ਜਾਂ ਇਹ ਆਪਣੇ ਆਪ ਇਕੱਠ ਹੁੰਦੇ ਆ, ਨਾ ਕਿ ਜਿਵੇਂ ਡਾਕਟਰ ਅਮਰਜੀਤ ਸਿੰਘ ਅਕਸਰ ਕਹਿੰਦੇ ਨੇ ਕਿ ਉੱਥੇ ਲੋਕਾਂ ਨੂੰ ਧੋਇਆ ਨੀ ਗਿਆ, ਲੋਕ ਆਪਣੇ ਆਪ ਆਏ, ਜਿਵੇਂ ਕਿ ਅੱਜ ਕੱਲ੍ਹ ਰੈਲੀਆਂ 'ਚ ਹੁੰਦਾ। ਸਿੱਖਾਂ ਦਾ ਹੜ ਜਿਹੜਾ ਵਾ ਉਹ ਚੱਬਾ ਦੀ ਧਰਤੀ ਤੇ ਤੁਸੀਂ ਸਾਰਿਆਂ ਨੇ ਵੇਖਿਆ ਤਾਂ ਵੀ ਜੀ, ਬਿਲਕੁਲ। ਇੱਥੇ ਗੱਲ ਆ ਕਿ ਜਿਵੇਂ ਸਿਰਸੇ ਵਾਲੇ ਨੂੰ ਮਾਫ਼ ਕਰ ਦੇਣਾ ਜਾਂ ਹੋਰ ਵੀ ਜੋ ਕੁਛ ਅੱਜ ਦੀ ਮੌਜੂਦਾ ਬਾਦਲ ਧਿਰ ਧਰਮ ਨੂੰ ਕੁਚਲ ਰਹੀ ਆ ਸਿਆਸਤ ਦੇ ਹੇਠਾਂ, ਉਹਦੇ ਵਿੱਚੋਂ ਇਹ ਸਰਬੱਤ ਖਾਲਸਾ ਪੈਦਾ ਹੋਇਆ। ਬਹੁਤ ਛੇਤੀ ਐਲਾਨ ਹੋ ਗਿਆ ਸੀ ਜਦੋਂ ਇਹਨਾਂ ਨੇ ਸਿਰਸੇ ਵਾਲੇ ਨੂੰ ਬਿਨਾਂ ਪੁੱਛੇ ਬਿਨਾਂ ਦੱਸੇ ਚੁੱਪ ਚੁਪੀ ਕੇ ਆਪਣੀਆਂ ਵੋਟਾਂ ਪੱਕੀਆਂ ਕਰਨ ਲਈ ਮਾਫ਼ ਕਰ ਦਿੱਤਾ ਸੀ। ਉਸ ਤੋਂ ਬਾਅਦ ਉਹਦੇ ਉਸ ਘਟਨਾਕ੍ਰਮ ਦੇ ਵਿੱਚੋਂ ਹੀ ਸਰਬੱਤ ਖਾਲਸਾ ਨਿਕਲਿਆ। ਥੋੜੇ ਦਿਨਾਂ ਬਾਅਦ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੁੰਦੀ ਆ, ਸਿੱਖਾਂ ਦਾ ਰੋਹ ਉਹਦੇ ਵਿੱਚ ਹੋਰ ਸ਼ਾਮਲ ਹੋਇਆ, ਸਿੱਖ ਸੜਕਾਂ ਤੇ ਉਤਰੇ, ਪ੍ਰੋਟੈਸਟ ਚੱਲੇ, ਸੋ ਫਿਰ ਸਿੱਖ ਜਿਹੜੇ ਆ ਸਰਬੱਤ ਖਾਲਸਾ ਵਿੱਚ ਸ਼ਾਮਲ ਹੁੰਦੇ ਆ। ਅਗਲੀ ਗੱਲ ਇੱਥੇ ਇਹ ਆ ਕਿ ਜੋ ਮੈਂ ਆਪਣੀਆਂ ਸੇਵਾਵਾਂ ਹਾਜ਼ਰ ਕਰ ਸਕਿਆ ਇੱਕ ਨਿਮਾਣੇ ਸਿੱਖ ਵਜੋਂ, ਉਹਨੀ ਦਿਨੀ ਵੱਖ ਵੱਖ ਲੋਕਾਂ ਨਾਲ ਮੈਂ 24 ਦੇ ਕਰੀਬ 2 ਦਰਜਨ ਦੇ ਕਰੀਬ ਇੰਟਰਵਿਊ ਕੀਤੀਆਂ ਸੀ, ਜਿਹਦੇ ਵਿੱਚੋਂ ਸਮੇਂ ਦੀ ਘਾਟ ਕਰਕੇ ਅਸੀਂ ਸਿਰਫ 18 ਹੀ ਪਬਲਿਕ ਕਰ ਸਕੇ ਸਨ, ਦਿਨ ਰਾਤ ਕੰਮ ਕਰ ਰਹੇ ਸਨ। ਸੋ ਇੱਕ ਇਹ ਵੀ ਹੈ ਕਿ ਨਿਗਾਹ ਹੁੰਦੀ ਹੈ ਸਰਕਾਰ ਦੀ ਕਿ ਕੌਣ ਕਿੰਨਾ ਐਕਟਿਵ ਆ ਤੇ ਕਿਵੇਂ ਕਿਸੇ ਨੂੰ ਕਾਬੂ ਕਰਨਾ। ਸਰਬੱਤ ਖਾਲਸਾ ਦੌਰਾਨ ਮੈਂ ਸਿੱਖ ਕੌਮ ਦੇ ਜੁਝਾਰੂ ਭਾਈ ਨਾਰਾਇਣ ਸਿੰਘ ਚੌੜਾ ਹੋਣਾ ਦਾ ਚਿੱਠਾ ਪੜਿਆ ਸੀ ਜਿਹੜਾ ਬਾਦਲ ਦੇ ਖਿਲਾਫ਼ ਸੀ, ਬਾਦਲ ਦੇ ਜ਼ੁਲਮਾਂ ਦਾ ਉਹ ਚਿੱਠਾ ਸੀ। ਉਹ ਇਹ ਸੀ ਕਿ ਉਹਦੇ ਵਿੱਚ 44 ਦੇ ਕਰੀਬ ਪੁਆਇੰਟ ਸਨ ਕਿ ਬਾਦਲ ਦੇ ਪੰਜਾਬ ਦੀ ਧਰਤੀ ਸਿੱਖਾਂ ਨਾਲ ਕਿਹੜੇ ਕਿਹੜੇ ਦੋਸ਼ ਉੱਤੇ ਲੱਗਦੇ ਆ, ਉਹਨਾਂ ਦਾ ਸਾਰਾ ਵਿਖਿਆਨ ਸੀ ਉਹਦੇ ਵਿੱਚ, ਚਾਹੇ ਉਹ ਰਾਜਨੀਤਿਕ ਹੋਣ, ਧਾਰਮਿਕ ਹੋਣ, ਸਮਾਜਿਕ ਹੋਣ, ਰਾਜਸੀ ਤੌਰ ਤੇ ਹੋਣ, ਆਖਿਰ ਦੇ ਵਿੱਚ ਜੋ ਹੱਲ ਆ ਉਹ ਖਾਲਿਸਤਾਨ ਦੇ ਉੱਤੇ ਲਿਆ ਕੇ ਭਾਈ ਸਾਹਿਬ ਨੇ ਸਮਾਪਤੀ ਕੀਤੀ ਸੀ ਚਿੱਠੀ ਦੀ। ਸੋ ਮੈਂ ਉੱਥੇ ਪੜ੍ਹੀ, ਹਾਂ ਮੈਨੂੰ ਉੱਥੇ ਬੋਲਣ ਤੋਂ ਰੋਕਿਆ ਗਿਆ, ਮੇਰੇ ਹੱਥ ਚੋਂ ਚਿੱਠੀ ਵੀ ਫੜੀ ਗਈ ਕਿ ਬਸ ਕਰ। ਸੋ ਸਮੇਂ ਦੀ ਘਾਟ ਵੀ ਹੋ ਸਕਦੀ ਆ, ਪਰ ਕੁਛ ਕਾਰਨ ਹੋਰ ਵੀ ਹੋ ਸਕਦੇ ਆ, ਉਹ ਆਪ ਪ੍ਰਬੰਧਕ ਦੱਸ ਸਕਦੇ ਆ। ਪਰ ਆਖਿਰ ਦੇ ਵਿੱਚ ਮੈਂ ਇੱਕ ਚੀਜ਼ ਤੋਂ ਇਹ ਸਫਲ ਹੋ ਗਿਆ, ਸਰਦਾਰ ਮਨਿੰਦਰ ਸਿੰਘ ਨੇ ਕੈਨੇਡਾ ਤੋਂ, ਉਹਨਾਂ ਨੇ ਤੁਰੰਤ ਵਿਸ਼ਲੇਸ਼ਣ ਲਿਖਿਆ ਸੀ ਸਰਬੱਤ ਖਾਲਸਾ ਦੇ ਬਾਰੇ, ਉਹ C24 ਦੇ ਉੱਤੇ ਛਪਿਆ ਵੀ, ਸਾਰੇ ਪਾਸੇ ਗਿਆ। ਉਹ ਉਹਨਾਂ ਦੇ ਲਿਖਣ ਅਤੇ ਮੇਰੇ ਦੱਸਣ ਅਨੁਸਾਰ ਗੱਲ ਇਹ ਹੈ ਕਿ ਮੈਂ ਫਿਰ ਵੀ ਸਫਲ ਹੋ ਰਿਹਾ ਕਿ ਮੈਂ ਆਖਿਰ ਦੇ ਖਾਲਸਾ ਦੀ ਗੱਲ ਕਰ ਗਿਆ ਕੰਕਲੂਜਨ ਦੇ ਵਿੱਚ ਕਿ ਸਾਰੀਆਂ ਮੁਸੀਬਤਾਂ ਦਾ ਹੱਲ ਜਿਹੜਾ ਵਾ ਸਿੱਖਾਂ ਲਈ ਉਹ ਖਾਲਿਸਤਾਨ ਆ। ਜੀ ਭੈਣ ਜੀ, ਜੀ ਵੀਰ ਜੀ, ਅੱਗੇ ਅੱਗੇ ਤੁਸੀਂ ਸ਼ਾਇਦ ਸਵਾਲ ਕੀਤਾ ਹੀ ਹੋਇਆ, ਮੈਂ ਦੱਸ ਦਿਆਂ। ਹਾਂਜੀ, ਉਹਦੇ ਤੋਂ 30 ਦਿਨ ਇਹ ਕੇਸ ਮੇਰੇ ਤੇ ਪਾਉਂਦੇ ਆ, 11 ਤਰੀਕ ਨੂੰ ਪੁਲਿਸ ਘਰੇ ਆ ਜਾਂਦੀ ਆ, ਪਰ ਮੈਂ ਘਰੇ ਆਪਣਾ ਬਚਾਅ ਕਰ ਲੈਂਦਾ, ਮੈਂ ਪਾਸੇ ਸਾਂ, 9 ਵੀ ਚਲਾ ਗਿਆ ਸਾਂ, ਕਿਉਂਕਿ ਇਹਨਾਂ ਨੇ ਪਹਿਲਾਂ ਵੀ ਚੁੱਕਣਾ ਹੁੰਦਾ ਪੁਲਿਸ ਨੇ ਜਾਂ ਬਾਅਦ ਚ ਵੀ, ਸੋ ਥੋੜਾ ਆਸਾ ਪਾਸਾ ਰੱਖੀਦਾ।
ਹਾਂਜੀ ਭੈਣ ਜੀ, ਫਿਰ ਇੱਥੇ ਗੱਲ ਇਹ ਆ ਕਿ ਇਹਨਾਂ ਨੇ ਜਿਹੜਾ ਟ੍ਰੈਡੀਸ਼ਨ ਚਾਰਜਸ ਲਾਏ, UAPA ਲਾਇਆ, ਫਿਰ ਕੁਛ ਕਮਿਊਨੀਕੇਸ਼ਨ ਦੀਆਂ ਜਿਹੜੀਆਂ ਧਾਰਾਵਾਂ ਨੇ ਉਹ ਵੀ ਲਾਈਆਂ, ਜੇ ਟੋਟਲ 19 ਸਿੱਖਾਂ ਦੇ ਉੱਤੇ ਕੇਸ ਪਾਏ ਸਨ ਉਹਨਾਂ ਚ ਇੱਕ ਮਹਿਮੀ ਆ। ਸੋ ਇਹ ਜਿਹੜਾ ਕੇਸ ਬਣਨਾ ਇਹ ਬਿਲਕੁਲ ਸਰਕਾਰ ਦੀ ਬੁਖਲਾਹਟ ਸੀ, ਅਤੇ ਜਿਹੜਾ ਵੱਡਾ ਇਕੱਠ ਲੱਖਾਂ ਦਾ ਇਕੱਠ ਹੋਣਾ ਉਹਦੇ ਤੋਂ ਬਾਦਲ ਸਰਕਾਰ ਜਿਹੜੀ ਬਿਲਕੁਲ ਡਰ ਗਈ। ਉਹਨਾਂ ਨੂੰ ਇਹ ਚੀਜ਼ ਦਾ ਡਰ ਬੈਠਾ ਕਿ ਇਹ ਪਰਸਨ ਲੀਡ ਕਰ ਸਕਦੇ ਆ, ਇਹ ਕੁਛ ਰੈਵੋਲੂਸ਼ਨ ਲਿਆ ਸਕਦੇ ਆ, ਕੁਛ ਤਬਦੀਲੀ ਲਿਆ ਸਕਦੇ ਆ। ਸੋ ਇਹ ਇਸ ਡਰ ਦੇ ਵਿੱਚੋਂ ਇਹ ਜਿਹੜੇ ਕੇਸ ਸਰਕਾਰ ਦੇ ਨੂੰ ਡਰਦੀ ਆ, ਉਹ ਫਿਰ ਇਸ ਤਰੀਕੇ ਦੀ ਬੁਖਲਾਹਟ ਦੇ ਵਿੱਚ ਕੇਸ ਪਾਉਂਦੀ ਆ, ਐਕਟਿਵਿਸਟਾਂ ਨੂੰ ਰੋਕਦੀ ਆ, ਆਤਮਾ ਨੂੰ ਰੋਕਦੀ ਆ, ਜੇਲ੍ਹਾਂ 'ਚ ਸੁੱਟਦੀ ਆ, ਸੱਚ ਦੀ ਆਵਾਜ਼ ਨੂੰ ਬੰਦ ਕਰਦੀ ਆ। ਬਿਲਕੁਲ ਬਿਲਕੁਲ ਵੀਰ ਜੀ। ਤੇ ਵੀਰ ਜੀ, ਜਿਸ ਤਰ੍ਹਾਂ ਤੁਸੀਂ ਹੁਣ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੂੰ ਜੁਆਇਨ ਕਰ ਲਿੱਤਾ ਹੈ, ਇਹ ਕਿਵੇਂ ਤੇ ਕਿਉਂ ਕੀਤਾ ਤੁਸੀਂ ਜੁਆਇਨ, ਐਂਡ ਆਲਸੋ ਤੁਹਾਡੇ ਫਿਊਚਰ ਦੇ ਪਲਾਨਸ ਕੀ ਨੇ? ਹਾਂਜੀ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੂੰ ਜੁਆਇਨ ਕਰਨਾ ਇੱਥੇ ਵੀ ਗੱਲ ਹੈ ਕਿ ਸਾਡੇ ਮਾਪੇ ਤਾਂ ਕਦੇ ਨਹੀਂ ਰਹੇ, ਕਿਉਂਕਿ ਜਿਹੜੀ ਸੋਚ ਤੇ ਉਹ ਕੰਮ ਕਰ ਰਹੇ ਆ ਉਹਨਾਂ ਦਾ ਪੱਧਰ ਵੱਡਾ, ਆਪਣਾ ਪੱਧਰ ਥੋੜਾ ਆਪਣੇ ਪੱਧਰ ਦਾ ਹੋ ਸਕਦਾ, ਪਰ ਮਿਸ਼ਨ ਲਗਭਗ ਇੱਕ ਆ। ਖਾਲਿਸਤਾਨ ਦੀ ਜਥੇਬੰਦੀ ਸਰਦਾਰ ਮਾਨ ਸਾਹਿਬ ਦੀ ਅਗਵਾਈ ਚ ਕੰਮ ਕਰ ਰਹੀ ਆ। ਸੋ ਇੱਕ ਤੇ ਇਹ ਇਤਫਾਕ ਆ ਕਿ ਖਾਲਿਸਤਾਨੀ ਹੋਣ ਵਜੋਂ ਉਹਨਾਂ ਨਾਲ ਜੁੜਨਾ ਇੱਕ ਮੁੱਖ ਕਾਰਨ ਆ। ਅਗਲੀ ਗੱਲ ਇਹ ਆ ਕਿ ਜਿਵੇਂ ਐਕਟੀਵਿਸਟ ਵੀ ਜਦੋਂ ਵਿਚਰਦੇ ਆ, ਇੱਕ ਪੋਲੀਟੀਕਲ ਅੰਬ੍ਰੇਲਾ ਦੀ ਵੀ ਲੋੜ ਹੁੰਦੀ ਆ, ਦੂਸਰਾ ਇਹ ਆ ਕਿ ਆਪਣੀਆਂ ਗੱਲਾਂ ਨੂੰ ਇੰਪਲੀਮੈਂਟ ਕਰਨ ਲਈ ਇੱਕ ਵੱਡਾ ਪਲੇਟਫਾਰਮ ਚਾਹੀਦਾ ਹੁੰਦਾ। ਸਾਰੀਆਂ ਗੱਲਾਂ ਨੂੰ ਮੁੱਖ ਤੌਰ ਤੇ ਲੈ ਕੇ ਮੈਂ ਪਾਰਟੀ ਸ਼ਾਮਲ ਹੋਇਆ, ਤੇ ਇਹਦੇ ਵਿੱਚ ਇਹ ਵੀ ਆ ਕਿ ਸੰਸਾਰ ਭਰ ਦੇ ਵਿੱਚ ਆਵਾਜ਼ ਸੁਣੀ ਜਾ ਰਹੀ ਹੈ ਜੋ ਮੈਂ ਬੋਲ ਰਿਹਾ ਇਸ ਵੇਲੇ ਜੀ, ਕਿ ਜਦੋਂ ਮੇਰੇ ਤੇ ਕੇਸ ਪੈਂਦਾ ਜੀ, ਇੱਕ ਪ੍ਰਚਲਿਤ ਗੱਲ ਇੱਥੇ ਪੰਜਾਬ ਚ ਕੰਮ ਕਰਦਿਆਂ, ਮੈਨੂੰ ਹੁਣ ਤੁਹਾਡੇ ਇਸ ਵਕਤ ਦਾ ਪਤਾ ਨੀ ਕਿ ਕਿਸ ਤਰ੍ਹਾਂ ਗੱਲ ਚੱਲਦੀ ਆ, ਇੱਥੇ ਇੱਕ ਗੱਲ ਪ੍ਰਚਲਿਤ ਕੀਤੀ ਜਾਂਦੀ ਆ ਕਿ ਭਾਈ ਆਪਣਾ ਕਦਮ ਸੋਚ ਵਿਚਾਰ ਕੇ ਪੁੱਟੋ, ਕੋਈ ਮਗਰ ਨਹੀਂ ਆਉਂਦਾ। ਇਹ ਨਾ ਵੱਚ ਪੁੱਛੀ ਚੋਂ ਖਿਲਰੀ ਹੋਈ ਗੱਲ ਆ ਸਾਰੇ ਪਾਸੇ। ਓਕੇ, ਕੋਈ ਸਿੱਖ ਜਦੋਂ ਸੰਘਰਸ਼ ਕਰਦਾ ਕਿਸੇ ਵੀ ਪੜਾਅ ਦਰ ਪੜਾਅ ਵੱਧ ਆ ਕੇ, ਉਹਨੂੰ ਰੋਕਣਾ ਇਸ ਤਰ੍ਹਾਂ ਰੋਕਦੇ ਆ ਘਰ ਦੇ ਵੀ ਬਾਹਰ ਵਾਲੇ ਵੀ ਕਿ ਭਾਈ ਸੰਭਲ ਕੇ ਚੱਲ, ਕੋਈ ਮਗਰ ਨਹੀਂ ਆਉਂਦਾ। ਪਰ ਮੈਂ ਇਸ ਗੱਲ ਨੂੰ ਕਹਿਣਾ ਚਾਹੁੰਦਾ ਕਿ ਪਾਰਟੀ ਨੇ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਇਸ ਗੱਲ ਨੂੰ ਧੋਇਆ ਮੇਰੇ ਕੇਸ ਦੇ ਵਿੱਚ, ਮੇਰੇ ਪਿੱਛੇ ਵੀ ਆਏ, ਅਤੇ ਮੇਰੇ ਘਰਦਿਆਂ ਨੂੰ ਕੋਈ ਵੀ ਜਿਹੜਾ ਫਿੱਟ ਨਹੀਂ ਸੀ, ਹਾਈ ਕੋਰਟ ਚੋਂ ਡਿਮਾਂਡਾਂ ਹੋਈਆਂ। ਸੋ ਇਹ ਇਸ ਗੱਲ ਕਰਕੇ ਵੀ ਮੈਂ ਇਹ ਪਾਰਟੀ ਵੱਲ ਖਿੱਚਿਆ ਗਿਆ, ਕਿਉਂਕਿ ਕੇਸ ਇਹ ਨਵਾਂ ਨੀ ਪਿਆ, ਨਾ ਵੀ ਪੈਣੇ ਆ। ਸੋ ਇਸ ਕਰਕੇ ਆ ਕਿ ਇੱਕ ਚੰਗੀ ਪੈਰਵਾਈ ਵੀ ਪਾਰਟੀ ਨੇ ਮੇਰੀ ਕੀਤੀ ਆ। ਅਗਲੀ ਗੱਲ ਜਿਹੜੀ ਫਿਊਚਰ ਪਲਾਨ ਸੀ ਆ, ਉਹਦੇ ਵਿੱਚ ਇਹ ਆ ਕਿ ਨੌਜਵਾਨੀ ਤੱਕ ਸੰਪਰਕ ਕਰਨਾ, ਪੰਜਾਬ ਪੱਧਰ ਉੱਤੇ ਵਿਚਰੂੰਗਾ ਆਉਣ ਵਾਲੇ ਸਮੇਂ ਦੇ ਵਿੱਚ, ਤੇ ਮੁੱਖ ਤੌਰ ਤੇ ਜੋ SCPC ਆ, ਸ਼੍ਰੋਮਣੀ ਕਮੇਟੀ ਦੇ ਮੈਂਬਰ ਕੀ ਕਰ ਰਹੇ ਆ, ਤੁਸੀਂ ਅਖਬਾਰਾਂ ਵੇਖਦੇ ਹੋ, ਸੋਸ਼ਲ ਮੀਡੀਆ ਤੇ ਵੇਖਦੇ ਜੇ, ਬਿਲਕੁਲ ਉਹ ਤਾਂ ਜੀ ਜਗਰਾਤਿਆਂ ਹੀ ਸ਼ਾਮਿਲ ਹੋ ਰਹੇ ਆ। ਸਿੱਖ ਲਿਬਰੇਸ਼ਨ ਦੀ ਗੱਲ ਕਰਨ ਦੀ ਲੋੜ ਹੋਵੇ ਜਿੱਥੇ, ਅਸੀਂ ਰੋਜ਼ ਕੂਕਦੇ ਹਾਂ ਕਿ ਸਿੱਖ ਗੁਲਾਮ ਆ, ਗੁਲਾਮ ਆ। SCPC ਦੇ ਮੈਂਬਰ ਖੁਦ ਜਗਰਾਤਿਆਂ ਚ ਜਾ ਕੇ ਟਿੱਕੇ ਲਵਾਉਣ, ਲਾਲ ਚੁਨਰੀਆਂ ਜਿਹੜੀਆਂ ਸਿਰ ਤੇ ਬੰਨ ਲੈਣ, ਬਲਜੀਤ ਸਿੰਘ ਜਲਾਲ ਉਸਮਾਨ ਦੀ ਮੈਂ ਗੱਲ ਕਰ ਰਿਹਾ, ਉਹਨਾਂ ਕੋਲ ਦੋ ਅਹੁਦੇ ਨੇ ਇਸ ਵੇਲੇ, MLA ਵੀ ਆ ਤੇ ਮੈਂਬਰ SCPC ਵੀ ਆ, ਜਿਹੜਾ ਗੁਰੂ ਰਿਲੇਟਡ ਹਲਕਾ ਉਹਨਾਂ ਦਾ ਅੰਮ੍ਰਿਤਸਰ ਦਾ। ਗੱਲ ਇੱਥੇ ਦੇਖਣੀ ਇਹ ਬਣ ਕੇ MLA ਵਜੋਂ ਜੋ ਮਰਜ਼ੀ ਕਰਨ, ਸਾਨੂੰ ਕੋਈ ਇਸ ਚੀਜ਼ ਦਾ ਨਹੀਂ ਆ, ਕਿਉਂਕਿ ਇੱਥੇ ਮੰਨਿਆ ਜਾਂਦਾ ਨਾ ਇੱਕ ਸੈਕੂਲਰ ਸ਼ਬਦ ਜਿਹਾ ਵਾ, ਉਹਦੀ ਵੱਖਰੀ ਜਿਹੀ ਪਰਿਭਾਸ਼ਾ ਹੁੰਦੀ ਆ ਇਸ ਮੁਲਕ ਦੇ ਵਿੱਚ। ਸਗੋਂ SCPC ਮੈਂਬਰ ਵੱਲੋਂ ਜਗਰਾਤਿਆਂ ਚ ਸ਼ਾਮਲ ਹੋਣਾ ਇਹ ਗੱਲ ਮੰਨਣ ਯੋਗ ਨਹੀਂ ਜੀ। ਇਹ ਲੋਕਾਂ ਚ ਗੱਲਾਂ ਇਹ ਉਤਾਰਨ ਦਾ ਵੇਲਾ ਆ ਚੁੱਕਾ ਵਾ ਕਿ ਕਿਹੜੇ ਪਾਸੇ ਦੇ ਚੀਜ਼ ਲੈ ਕੇ ਜਾ ਰਹੇ ਆ। ਸੋ ਜਿਹੜੀ ਨਿਰਦੇਸ਼ਨ ਵਾਲੀ ਗੱਲ ਆ, ਆਜ਼ਾਦੀ ਵਾਲੀ ਗੱਲ ਆ, ਉਹ ਇਹਨਾਂ ਸਾਡੀਆਂ ਸੰਸਥਾਵਾਂ ਚ ਤੁਰਨੀ ਚਾਹੀਦੀ ਆ, ਪਰ ਉੱਥੇ ਅੱਜ ਉਹ ਲੋਕ ਕਾਬਜ਼ ਨੇ ਜਿਹੜੇ ਆ ਰਹੇ ਸਨ ਉਹ ਸਿੱਧੇ ਤੌਰ ਤੇ ਫਿੱਟ ਪੈਂਦੇ ਆ। ਬਿਲਕੁਲ ਵੀਰ ਜੀ। ਤੇ ਵੀਰ ਜੀ, ਜਿਸ ਤਰ੍ਹਾਂ ਤੁਹਾਡੀ ਸਿੱਖ ਕੌਮ ਦੇ ਪ੍ਰਤੀ ਜਿਹੜੀ ਸੇਵਾ ਹੈਗੀ ਆ, ਉਹ ਵੀ ਸਾਡੇ ਸਾਹਮਣੇ, ਬਿਕੋਜ਼ ਤੁਹਾਨੂੰ ਇੰਟਰਵਿਊ ਕਰਨ ਤੋਂ ਪਹਿਲਾਂ ਮੈਂ ਆਈ ਚੈੱਕ ਯੂਰ ਫੇਸਬੁੱਕ ਪੇਜ, ਮੈਂ ਤੁਹਾਡਾ ਫੇਸਬੁੱਕ ਪੇਜ ਚੈੱਕ ਕੀਤਾ, ਮੈਂ ਤੁਹਾਡੀ ਯੂਟਿਊਬ 'ਤੇ ਵੀਡੀਓਜ਼ ਚੈੱਕ ਕੀਤੀ ਆ, ਗੂਗਲ ਕੀਤਾ। ਸੋ ਮੈਂ ਬਹੁਤ ਦੇਖਿਆ ਤੁਹਾਡੇ ਬਾਰੇ ਕਿ ਤੁਸੀਂ ਕਿਸ ਤਰ੍ਹਾਂ ਇੱਕ ਵੈਰੀ ਐਕਟਿਵ ਤੁਸੀਂ ਸਿੱਖ ਐਕਟੀਵਿਸਟ ਹੋ ਨਾ, ਐਂਡ ਤੁਸੀਂ ਬਹੁਤ ਸਾਰੀ ਸੇਵਾ ਆਪਣੀ ਦੇ ਰਹੇ ਹੋ ਸਿੱਖ ਕੌਮ ਦੇ ਨਾਮ ਕਰ ਰਹੇ ਹੋ, ਐਂਡ ਮੈਂ ਕਾਫੀ ਸਾਰੀ ਤੁਹਾਡੀ ਪਿਕਚਰਸ ਦੇਖੀਆਂ ਸੀ, ਜਿਸ ਤਰ੍ਹਾਂ ਤੁਸੀਂ ਜਿਹੜੇ ਸ਼ਹੀਦ ਨੇ ਉਹਨਾਂ ਦੀ ਫੈਮਿਲੀਜ਼ ਨੂੰ ਤੁਸੀਂ ਜਾ ਕੇ ਮਿਲੇ ਹੋ, ਉਹਨਾਂ ਦੀ ਆਰਥਿਕ ਮਦਦ ਕਰਦੇ ਹੋ, ਬੱਚੀਆਂ ਨੇ ਉਹਨਾਂ ਦੀ ਮਦਦ ਕਰਦੇ ਹੋ,
ਕਿ TV84 ਕਿਉਂਕਿ ਇੱਕ TV84 ਦਾ ਜਿਹੜਾ ਆਧਾਰ ਇੱਕ ਪਲੇਟਫਾਰਮ ਜਿਹੜਾ TV84 ਹੈ ਦੁਨੀਆ ਭਰ ਦੇ ਵਿੱਚ ਸਾਨੂੰ ਲੋਕ ਵੇਖਦੇ ਨੇ ਸੁਣਦੇ ਨੇ ਲਾਈਵ ਵੇਖਦੇ ਨੇ ਐਂਡ ਯੂਟਿਊਬ 'ਤੇ ਬਾਅਦ ਜਿਹੜਾ ਵੀਡੀਓ ਚੱਲਦੀ ਨੇ ਤਾਂ ਵੀ ਲੱਖਾਂ ਦੀ ਗਿਣਤੀ ਦੇ ਵਿੱਚ ਲੋਕ ਤੁਹਾਨੂੰ ਸੁਣਦੇ ਨੇ ਮੈਂ ਚਾਹਾਂਗੀ ਜਿਹੜੇ ਸ਼ਹੀਦ ਫੈਮਿਲੀਜ਼ ਨੇ ਇਹਨਾਂ ਦੇ ਬਾਰੇ ਵੀ ਸਾਨੂੰ ਥੋੜ੍ਹੀ ਬਹੁਤ ਜਾਣਕਾਰੀ ਦਿਓ ਔਰ ਜਿਹੜੇ ਤੁਸੀਂ ਬੱਚਿਆਂ ਦੀ ਜਿਹੜੀ ਸੇਵਾ ਕਰਦੇ ਹੋ ਸਕੂਲ ਦੇ ਵਿੱਚ ਜਾ ਕੇ ਪੜ੍ਹਾਉਣ ਦੀ ਇਸ ਬਾਰੇ ਵੀ ਸਾਨੂੰ ਥੋੜ੍ਹੀ ਬਹੁਤੀ ਜਾਣਕਾਰੀ ਦਿਓ ਹਾਂਜੀ ਭੈਣ ਜੀ ਦੇਖੋ ਜੀ ਇਹ ਜਿੰਨੇ ਵੀ ਤੁਸੀਂ ਗੱਲਾਂ ਗਿਣੀਆਂ ਜੀ ਉਹ ਪੈਸੇ ਤੋਂ ਬਿਨਾਂ ਨਹੀਂ ਹੁੰਦੀ ਬਿਲਕੁਲ ਪੈਸਾ ਇੱਕ ਵਸੀਲਾ ਵਾ ਕਿਉਂਕਿ ਚਾਹੇ ਸ਼ਹੀਦਾਂ ਦੇ ਪਰਿਵਾਰਾਂ ਦੀ ਗੱਲ ਕਰੀਏ ਜਾਂ ਬੱਚਿਆਂ ਦੀ ਫੀਸਾਂ ਦੀ ਗੱਲ ਕਰੀਏ ਜੀ ਸੋ ਇੱਥੇ ਇੱਕ ਮੈਂ ਫਾਰਮੂਲੇ ਤੇ ਕੰਮ ਕਰ ਰਿਹਾ ਕਿ ਮੈਂ ਜਿਹੜਾ ਵੀ ਕੰਮ ਕਰਦਾ ਜੀ ਕਿਸੇ ਦਾ ਘਰ ਬਣਾ ਕੇ ਦੇਣਾ ਕਿਸੇ ਦੀ ਚੀਜ਼ ਕਰਨੀ ਆ ਮੈਂ ਆਪਣੇ ਨਾਮ ਦੀ ਅਪੀਲ ਨਹੀਂ ਕਰਦਾ ਮੈਂ ਨਹੀਂ ਕਹਿੰਦਾ ਕਿ ਫਖਰਪ੍ਰੀਤ ਸਿੰਘ ਨੂੰ ਭੇਜੋ ਤੇ ਫਿਰ ਮੈਂ ਅੱਗੇ ਦੇਣਾ ਨਹੀਂ ਜੀ ਇਸ ਬੱਚੇ ਦੀ ਫੀਸ ਦੀ ਲੋੜ ਆ ਜਿਸ ਗਰੀਬ ਦਾ ਬੱਚਾ ਜਾਂ ਨਾ ਮੇਰੇ ਸੰਪਰਕ ਦੇ ਵਿੱਚ ਉਹਨਾਂ ਦੇ ਮਾਪੇ ਹੀ ਹੈਗੇ ਮੈਂ ਉਹਨਾਂ ਦੇ ਸਕੂਲ ਪ੍ਰਿੰਸੀਪਲ ਦਾ ਨੰਬਰ ਦੇ ਦਿੰਦਾ ਜਿਹਦਾ ਕੋਈ ਨੀ ਗਾ ਜਿਹਦੇ ਮਾਪੇ ਚੋਂ ਇੱਕ ਜਾਣਾ ਹੈਗਾ ਉਹਦਾ ਨੰਬਰ ਦੇ ਕੇ ਬੱਚਿਆਂ ਦੀ ਫੀਸ ਆਪਾਂ ਤਾਰਦੇ ਹਾਂ 2015 ਦੇ ਵਿੱਚ ਤਕਰੀਬਨ 2 ਦਰਜਨ ਬੱਚਿਆਂ ਦੀ 20-25 ਬੱਚਿਆਂ ਦੇ ਵਿਚਾਲੇ ਫੀਸ ਆਪਾਂ ਭੇਜੀ ਸੀ ਉਹ ਸਾਰੀ ਗਾਲੀਆਂ ਨੀ ਭੇਜੀ ਹੈ ਮੈਂ ਤਾਂ ਸਿਰਫ ਇੱਕ ਵਿੱਚ ਪੋਰਟ ਦਾ ਕੰਮ ਕਰਦਾ ਉਹਨਾਂ ਦਾ ਸੰਪਰਕ ਕਰਵਾ ਦਿੰਦਾ ਸ਼ਹੀਦਾਂ ਦੇ ਪਰਿਵਾਰਾਂ ਦੀ ਗੱਲ ਕਰੀਏ ਤਾਂ ਜਿਹੜੇ ਬਾਬਾ ਨਾਨਕ ਇਲਾਕੇ ਦੇ ਵਿੱਚ 2 ਘਰ ਜਿਹੜੇ ਆ ਬਣਾ ਕੇ ਦਿੱਤੇ ਗਏ ਉਹ ਠੀਕ ਹੈ ਇਸ ਕੇਸ ਪੈਣ ਦੇ ਕਾਰਨ ਤਕਰੀਬਨ 85-90% ਜਿਹੜਾ ਵਾ ਇੱਕ ਘਰ ਦਾ ਹੋ ਗਿਆ ਇੱਕ ਘਰ ਕੰਪਲੀਟ ਹੋਇਆ ਪਿਆ ਵਾ ਇੱਕ ਤੀਸਰਾ ਘਰ ਹੈ ਜਿਹਦਾ ਕੰਮ ਕੋਈ 60-70% ਹੋਇਆ ਵਾ ਇੱਕ ਲੈਟਰਿਨ ਬਾਥਰੂਮ ਇੱਕ ਹੋਰ ਸਿੰਘ ਦੇ ਪਰਿਵਾਰ ਚ ਬਣਾ ਕੇ ਦਿੱਤਾ ਸੀ ਇਹ ਇੱਕ ਹੋਮ ਪ੍ਰੋਜੈਕਟ ਦੀ ਗੱਲ ਆ ਹਾਂਜੀ ਇਹ ਸਾਡਾ ਨੈਵਰ ਫੋਰਗੇਟ 84.com ਦੇ ਨਾਲ ਸਾਂਝਾ ਸੀ ਸੋ ਅਗਲੀ ਗੱਲ ਜਿਹੜੀ ਫੀਸਾਂ ਦੀ ਆ ਇਹ ਨਹੀਂ ਦਿੰਦੀ ਬੱਚਿਆਂ ਦੇ ਸਕੂਲ ਦੇ ਦਾਖਲੇ ਚੱਲ ਰਹੇ ਮੇਰਾ ਬਹੁਤ ਧਿਆਨ ਬਾਕੀ ਕੰਮਾਂ ਨੂੰ ਹਟ ਕੇ ਸਕੂਲ ਹਾਲ ਹੈ ਜਿੱਥੋਂ ਮੈਨੂੰ ਕਾਲ ਆ ਜਾਂਦੀ ਆ ਜਾਂ ਜਿੰਨੀ ਤੱਕ ਇਹ ਵਿੱਚ ਹਿੰਮਤ ਹੈਗੀ ਆ ਮੈਂ ਉਸ ਤੱਕ ਜਾਂਦਾ ਬਾਜੀ ਏਰੀਏ ਦੇ ਵਿੱਚ ਸੋ ਇੱਕ ਗੱਲ ਮੈਂ ਹੋਰ ਦੱਸਦਾ ਕਿ ਪਿੰਡ 5 ਗਰਾਈਆਂ ਵਾ ਜਿਵੇਂ ਬਟਾਲਾ ਦੇ ਕੋਲ ਉਸ ਥਾਂ ਦੇ ਇੱਕ ਸ਼ਹੀਦ ਫੈਮਿਲੀ ਆ ਉਹਨਾਂ ਦੇ ਮਾਤਾ ਜੀ ਦੇ 3 ਪੁੱਤਰ 3 ਹੀ ਸਨ ਪੁੱਤਰ ਅਤੇ ਪਤੀ ਦੋਵਾਂ ਨੂੰ ਪੁਲਿਸ ਨੇ ਖਤਮ ਕਰ ਦਿੱਤਾ ਸੀ ਉਹਨਾਂ ਦੇ ਬਾਰੇ ਮੈਂ ਅਪੀਲ ਪਾਈ ਸੀ ਜਿਸਨ ਬਾਬਾ ਜੁਗਰਾਜ ਸਿੰਘ ਤੂਫਾਨ ਦਾ ਸ਼ਹੀਦੀ ਦੇਣਾ ਸੀ ਮੈਂ 10 ਮਿੰਟ ਪਰਿਵਾਰ ਕੋਲ ਰੁਕਿਆ ਉਹਨਾਂ ਨੇ ਤਸਵੀਰਾਂ ਦਿਖਾਈਆਂ ਘਰ ਦੀ ਹਾਲਤ ਦੱਸੀ ਉਹ ਸਾਰੀ ਚੀਜ਼ ਪਾਈ 10 ਮਿੰਟ ਮੈਂ ਉੱਥੇ ਕੱਢੇ ਆ 10 ਮਿੰਟ ਘਰੇ ਆਣ ਕੇ ਇੰਟਰਨੈਟ ਤੇ ਪਾ ਦਿੱਤੀ ਚੀਜ਼ ਉਹ ਪਰ ਮੈਨੂੰ ਇਹ ਲੱਗਦਾ ਕਿ ਜਿਹਨਾਂ ਵੀ ਉਹਨਾਂ ਦੇ ਉੱਤੇ ਕਰਜ਼ਾ ਸੀ ਉਸ ਪਰਿਵਾਰ ਦੇ ਉੱਤੇ ਉਹ ਕਰਜ਼ਾ ਵੀ ਲੱਥ ਜੂਗਾ ਤੇ ਸਿੱਖਾਂ ਨੇ ਉਹਨਾਂ ਦੀ ਡਾਇਰੈਕਟ ਹੈਲਪ ਕੀਤੀ ਆ ਅਕਾਊਂਟ ਨੰਬਰ ਉਹਨਾਂ ਦਿੱਤਾ ਗਿਆ ਸੰਪਰਕ ਨੰਬਰ ਉਹਨਾਂ ਦਿੱਤਾ ਗਿਆ ਇਹ ਹੋਊਗਾ ਕਿ ਉਹਨਾਂ ਦਾ ਘਰ ਵੀ ਬਣ ਜੂਗਾ ਸਿੱਖ ਹੈਲਪ ਕਰਦੇ ਆ ਯਕੀਨ ਯੋਗ ਰਾਹ ਹੋਣਾ ਚਾਹੀਦਾ ਰੂਬਰੂ ਹੋ ਜਿਹੜੇ ਰੀਸੈਂਟ ਮੁੱਦੇ ਨੇ ਉਹਨਾਂ ਦੇ ਉੱਪਰ ਵੀ ਆਪਣੇ ਵਿਚਾਰ ਦਿਓ ਪਰ ਅੱਜ ਜਿਹੜੀ ਇੰਟਰਵਿਊ ਆ ਬੇਸਿਕਲੀ ਤੁਹਾਡੇ ਸਟਰਗਲ ਤੁਹਾਡੇ ਪਿਛੋਕੜ ਅਤੇ ਸਿੱਖ ਕੌਮ ਨੂੰ ਦੇਣ ਦੇ ਉੱਪਰ ਹੈ ਪਰ ਜਿਸ ਤਰ੍ਹਾਂ ਮੈਂ ਤੁਹਾਡੇ ਕੋਲ ਜਾਣਨਾ ਚਾਹਾਂਗੀ ਕਿ ਐਜ਼ ਅ ਪਰਸਨਲ ਐਕਸਪੀਰੀਅੰਸ ਤੁਸੀਂ ਦੱਸੋ ਕਿ ਜਿੱਦਾਂ ਪੰਜਾਬ ਦੇ ਵਿੱਚ ਬਹੁਤ ਸਾਰੀਆਂ ਪ੍ਰੋਬਲਮਸ ਇਸ ਵੇਲੇ ਫੇਸ ਹੋ ਰਹੀਆਂ ਨੇ ਪੰਜਾਬੀਆਂ ਨੂੰ ਸਪੈਸ਼ਲੀ ਸਿੱਖਾਂ ਨੂੰ ਬਹੁਤ ਸਾਰੀਆਂ ਪ੍ਰੋਬਲਮਸ ਹੋ ਰਹੀਆਂ ਇਸ ਵੇਲੇ ਸਿੱਖ ਕੌਮ ਕਿੱਥੇ ਖੜੀ ਹੈ ਸਾਨੂੰ ਕੀ ਕਰਨ ਦੀ ਲੋੜ ਹੈ ਕਿਹੜੀ ਕਿਹੜੀਆਂ ਪ੍ਰੋਬਲਮ ਅਸੀਂ ਫੇਸ ਕਰ ਰਹੇ ਹਾਂ ਔਰ ਉਸਨੂੰ ਕਿਸ ਤਰ੍ਹਾਂ ਅਸੀਂ ਟੈਕਲ ਕਰ ਸਕਦੇ ਹਾਂ ਇਸ ਬਾਰੇ ਵੀ ਥੋੜੇ ਸ਼ਬਦਾਂ ਦੇ ਵਿੱਚ ਜਾਣਕਾਰੀ ਦਿਓ ਛੁਟਕਾਰਾ ਮਿਲ ਸਕਦਾ ਹੈ ਇਸ ਬਾਰੇ ਜਾਣਕਾਰੀ ਦਿਓ ਇਸ ਉੱਤਰ ਦੇ ਲਈ ਮੈਂ ਸਦੀ ਦੇ ਮਹਾਨ ਸਿੱਖ ਦਾ ਜ਼ਿਕਰ ਕਰਨਾ ਚਾਹੁੰਦਾ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਪਿੰਡਾਂ ਵਾਲੇ ਜੀ ਜਦੋਂ 1978 ਦੇ ਦੀ ਵਿਸਾਖੀ ਤੋਂ ਬਾਅਦ ਉਹ ਪੰਥਕ ਪਿੰਡ ਦੇ ਵਿੱਚ ਉਭਰੇ ਸੂਰਜ ਦੇ ਵਾਂਗ ਜੀ ਸੰਤ ਜੀ ਨੇ ਧਰਮ ਪ੍ਰਚਾਰ ਲਹਿਰ ਨੂੰ ਪ੍ਰਫੁੱਲਿਤ ਕੀਤਾ ਜੇ ਤੁਸੀਂ ਅੱਜ ਪੁੱਛਦੇ ਹੋ ਕਿ ਸਿੱਖੀ ਕਿੱਥੇ ਖੜੀ ਆ ਉਹ ਸਾਡੇ ਪ੍ਰਚਾਰ ਉੱਤੇ ਖੜੀ ਆ ਕਿ ਅਸੀਂ ਪ੍ਰਚਾਰ ਦੇ ਜੋ ਦਾਅਵੇ ਹੋ ਰਹੇ ਆ ਵੱਡੀਆਂ ਵੱਡੀਆਂ ਸੰਸਥਾਵਾਂ ਵੱਲੋਂ 100 ਸਾਲ ਪੁਰਾਣੀਆਂ ਸੰਸਥਾਵਾਂ ਵੱਲੋਂ ਜਿਹੜੇ ਦਾਅਵੇ ਅਤੇ ਜੋ ਪ੍ਰਚਾਰਕ ਅਖਵਾਉਂਦਿਆਂ ਵੱਲੋਂ ਦਾਅਵੇ ਜਿਹੜੇ ਕੀਤੇ ਜਾ ਰਹੇ ਆ ਉਹ ਕਿੰਨੇ ਕੁ ਸੱਚ ਨੇ ਜਦੋਂ ਆਪਾਂ ਕਹਿੰਦੇ ਹਾਂ ਜੀ ਹਜ਼ਾਰਾਂ ਨੇ ਅੰਮ੍ਰਿਤ ਛਕ ਲਿਆ ਉਹ ਫਿਰ ਜਜ਼ਬੇ ਵਾਲੇ ਕਿੰਨੇ ਕੁ ਵਿੱਚੋਂ ਪੈਦਾ ਹੋ ਰਹੇ ਆ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੁੰਦੀ ਆ ਤੇ ਉੱਥੇ ਸਿੱਖ ਅੱਗੇ ਹੋ ਕੇ ਗੋਲੀਆਂ ਗਾੜੀ ਖੇਡਾਉਂਦੇ ਆ ਉਹ ਉਹਨਾਂ ਚੋਂ ਕਿੰਨੇ ਕੁ ਪੈਦਾ ਹੋ ਰਹੇ ਆ
ਪਹਿਲੀ ਗੱਲ ਜੀ ਇੱਥੇ ਆ ਕੇ ਧਰਮ ਪ੍ਰਚਾਰ ਲਹਿਰ ਜਦੋਂ ਉੱਚਲੇ ਪੱਧਰ ਤੇ ਜਾਊਗੀ ਫਿਰ ਉਸ ਨਾਲ ਰਿਲੇਟਡ ਜਿਹੜੀ ਧਾਰਮਿਕ ਰਾਜਨੀਤੀ ਆ ਉਹਨੂੰ ਵੀ ਬਲ ਮਿਲੂਗਾ ਸੋ ਸਭ ਤੋਂ ਪਹਿਲਾਂ ਸਾਨੂੰ ਪਿੰਡਾਂ ਚ ਉਤਰਨਾ ਪੈਣਾ ਸ਼੍ਰੋਮਣੀ ਕਮੇਟੀ ਦੀ ਚੋਣਾਂ ਦੀ ਗੱਲ ਕੀਤੀ ਜਾਂਦੀ ਆ ਇੱਕ ਥੋੜੇ ਦਿਨਾਂ ਦੀ ਗੱਲ ਹੈ ਅਕਾਲੀ ਦਲ ਬਾਦਲ ਨਾਲ ਸੰਬੰਧਿਤ ਇੱਕ ਸਰਪੰਚ ਸੀ ਉਹ ਸਵਾਲ ਪੁੱਛ ਰਿਹਾ ਸੀ ਕਿ ਤੁਹਾਡਾ ਵਿਹੜਾ ਕਦੋਂ ਖਾਊਗਾ ਮੈਂ ਕਿਹਾ ਸਰਪੰਚ ਸਾਹਿਬ ਮੈਂ ਤੁਹਾਡੀ ਗੱਲ ਸਮਝਦਾ ਸਾਡਾ ਵਿਹੜਾ ਹੋ ਸਕਦਾ 10-15 ਸਾਲ ਬਾਅਦ ਆਵੇ ਕਿਉਂਕਿ ਜਿਹੜਾ ਜਿਸ ਤਰ੍ਹਾਂ ਦਾ ਮਾਹੌਲ ਇੱਥੇ ਖਿਲ ਰਿਹਾ ਹੋਇਆ ਵਾ ਫੀਲਡ ਵਰਕ ਕਰਨ ਦੀ ਲੋੜ ਆ ਇਹ ਕੋਈ ਸ਼ੁਭ ਮੰਤਰ ਨਹੀਂ ਗਾ ਕਿ 1-2 ਸਾਲ ਜਾਂ 5 ਸਾਲਾਂ ਤੱਕ ਸਾਡੇ ਮੈਂਬਰ ਜਿੱਤ ਜਾਣਗੇ ਹਾਊਸ ਦੇ ਵਿੱਚ ਪਹੁੰਚ ਜਾਣਗੇ ਭੈਣ ਜੀ ਕੰਮ ਕਰਨਾ ਪੈਣਾ ਕੰਮ ਕਰਨ ਦਾ ਤਰੀਕਾ ਜਿਹੜਾ ਵਾ ਆਪਣੇ ਛੋਟੇ ਛੋਟੇ ਬੱਚਿਆਂ ਤੋਂ ਸ਼ੁਰੂ ਕਰਕੇ ਅਸੀਂ ਗੁਰਮਤਿ ਸਿੱਖਿਆ ਦੀ ਕਿ ਪਿੰਡੋ ਪਿੰਡ ਗੁਰਮਤਿ ਸਿੱਖਿਆ ਹੋਵੇ ਨਾਲ ਦੀ ਨਾਲ ਰਾਜਸੀ ਤੌਰ ਤੇ ਸੋਝੀ ਪੈਦਾ ਕਰ ਦਿੱਤੀ ਜਾਵੇ ਅੰਤਰਰਾਸ਼ਟਰੀ ਪੱਧਰ ਦੀ ਵੀ ਹੋਵੇ ਉਹ ਨਾਲ ਦੀ ਨਾਲ ਸਿੱਖਾਂ ਨਾਲ ਕੀ ਹੋਇਆ ਪਿਛਲੇ ਹਾਲ ਜੋ 1978 ਤੋਂ ਹੀ ਗੱਲ ਕਰ ਲਈਏ ਚਾਹੇ ਤੇ 10 ਅਕਤੂਬਰ 1947 ਤੋਂ ਹੀ ਗੱਲ ਸਾਡੇ ਨਾਲ ਸ਼ੁਰੂ ਹੋ ਗਈ ਜਦੋਂ ਜਰਾਇਮ ਪੇਸ਼ਾ ਕੌਮ ਐਲਾਨਿਆ ਗਿਆ ਸਾਨੂੰ ਸੋ ਜਦ ਕਿ ਹੁਣ ਦੀ ਵੀ ਗੱਲ ਕਰੀਏ ਕਤਲੇਆਮ ਹੋਈ ਸਾਡੀ ਰਾਜਸੀ ਹਾਲਾਤ ਅਤੇ ਸਿੱਖਾਂ ਦਾ ਪਿਛੋਕੜ ਇਹ ਮੰਗ ਕਰਦਾ ਵਾ ਕਿ ਸਿੱਖ ਆਜ਼ਾਦ ਹੋਣ ਇੱਥੇ ਕਈ ਸੱਜਣ ਇੱਕੋ ਗੱਲ ਨੂੰ ਲੈਂਦੇ ਆ ਕਿ ਜੋ ਕੁਛ ਸਿੱਖਾਂ ਨਾਲ 47 ਤੋਂ ਬਾਅਦ ਵਾਪਰਿਆ ਨਹੀਂ ਨਾਲ ਜਿਹੜੀ ਦੂਸਰੀ ਗੱਲ ਹੈ ਕਿ ਸਿੱਖਾਂ ਦਾ ਪਿਛੋਕੜ ਆ ਜੋ ਪਿਛੋਕੜ ਰੂਪ ਦੇ ਵਿੱਚ ਜੋ ਅਸੀਂ ਰਾਜ ਕੀਤਾ ਬਾਬਾ ਬੰਨਾ ਸਿੰਘ ਜੀ ਬਹਾਦਰ ਨੇ ਕੀਤਾ ਮਹਾਰਾਜਾ ਰਣਜੀਤ ਸਿੰਘ ਨੇ ਕੀਤਾ ਸੋ ਇਹਦੇ ਵਿੱਚ ਇਹ ਆ ਕਿ ਉਹ ਦੋਵਾਂ ਚੀਜ਼ਾਂ ਨੂੰ ਲੈ ਕੇ ਆਪਾਂ ਅੱਗੇ ਵਧੀਏ ਧਰਮ ਤੇ ਰਾਜਨੀਤੀ ਜਿਵੇਂ ਜੁੜੀ ਹੋਈ ਆ ਸਿੱਖਾਂ ਦੀ ਇਸ ਤੋਂ ਅੱਗੇ ਸਿੱਖਾਂ ਦਾ ਇਤਿਹਾਸ ਅਤੇ ਗੁਰਬਾਣੀ ਜਿਵੇਂ ਇੱਕ ਨਹਿਰ ਦੇ ਦੋ ਕੰਢਿਆਂ ਵਾਂਗ ਇਕੱਠੇ ਚੱਲਦੇ ਆ ਇਹਨਾਂ ਨੂੰ ਇਕੱਠਿਆਂ ਚਲਾਉਣਾ ਪੈਣਾ ਪਿੰਡਾਂ ਚ ਉਤਰ ਕੇ ਸ਼ਹਿਰਾਂ ਵਿੱਚ ਜਾ ਕੇ ਦੋਵਾਂ ਥਾਂ ਤੇ ਬੱਚਿਆਂ ਨੂੰ ਅਸੀਂ ਅਵੇਅਰ ਕਰੀਏ ਨੌਜਵਾਨ ਸਾਨੂੰ ਸੁਣਨ ਵਾਸਤੇ ਡੀਕ ਰਹੇ ਆ ਜਾਣਨ ਦੀ ਇੱਛਾ ਰੱਖਦੇ ਆ ਸੋ ਗੱਲ ਇੱਥੇ ਅੜੀ ਹੋਈ ਆ ਕਿ ਕੀ ਅਸੀਂ ਸਿਰਫ ਅਖਬਾਰੀ ਬਿਆਨ ਦੇਣਾ ਉਹਨੂੰ ਸਵੇਰੇ ਪੜ੍ਹ ਲੈਣਾ ਕਿ ਮੇਰੀ ਫੋਟੋ ਲੱਗ ਗਈ ਆ ਕਿ ਜਾਂ ਫਿਰ ਕੰਮ ਕਰਨਾ ਕੰਮ ਕਰਦਿਆਂ ਹੋਇਆ ਪਰਵਾਹ ਹੀ ਨਹੀਂ ਕਰਨੀ ਕਿ ਫੋਟੋ ਲੱਗਦੀ ਆ ਕਿ ਨਹੀਂ ਲੱਗਦੀ ਪਰ ਲੋਕਾਂ ਦੇ ਜਿਹੜੀ ਸ਼ਾਪ ਚੁੱਪ ਕੀਤੇ ਬਣਦੀ ਆ ਉਹ ਜ਼ਿਆਦਾ ਪਾਵਰਫੁਲ ਆ ਸੋ ਮੈਂ ਤਾਂ ਕੰਮ ਕਰਨ ਨੂੰ ਹੀ ਮਤਲਬ ਦਿੰਦਾ ਬਿਨਾਂ ਕਿਸੇ ਗੱਲਾਂ ਤੋਂ ਬਿਨਾਂ ਕਿਸੇ ਦਾਅਵਿਆਂ ਤੋਂ ਮੈਂ ਖੁਦ ਆਪਣੇ ਪੱਧਰ ਤੇ ਵੀ ਨਹੀਂ ਕਰਦਾ ਕਿ ਮੈਂ ਦਾਅਵਾ ਕਰ ਰਿਹਾ ਮੈਂ ਏਦਾਂ ਕਰਾਂਗਾ ਪਰ ਇਹ ਆ ਕਿ ਕਰਨਾ ਸਮੇਂ ਦੀ ਲੋੜ ਬਣੀ ਹੋਈ ਆ ਬਿਲਕੁਲ ਵੀਰ ਜੀ ਥੈਂਕ ਯੂ ਸੋ ਮਚ ਕਿ ਤੁਸੀਂ ਆਪਣਾ ਟਾਈਮ ਕੱਢ ਕੇ ਆਪਣੇ ਪਿਛੋਕੜ ਸਟਰਗਲ ਸੀਗਾ ਜੋ ਕੌਮਪਤੀ ਸੇਵਾ ਦੀ ਇਸ ਗੱਲ ਕੀਤੀ ਹੈ ਉਸ ਬਾਰੇ ਸਾਨੂੰ ਵੇਰਵੇ ਸਹਿਤ ਜਾਣਕਾਰੀ ਦਿੱਤੀ ਮੈਂ ਜਿਸ ਤਰ੍ਹਾਂ ਪਹਿਲਾਂ ਵੀ ਕਹਿ ਚੁੱਕੀ ਕਿ ਅੱਜ ਤੁਹਾਡੇ ਨਾਲ ਅਸੀਂ ਕਿਸੇ ਰੀਸਨ ਮੁੱਦੇ ਉੱਪਰ ਗੱਲਬਾਤ ਨਹੀਂ ਕੀਤੀ ਪਰ ਅਸੀਂ ਚਾਹਾਂਗੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਜ਼ਰੂਰ ਸਾਂਝੇ ਕਰੋ ਅਤੇ ਵੀਰ ਜੀ ਪਰ ਅੱਜ ਤੁਹਾਡੇ ਕੋਲ ਮੈਂ ਇੱਥੇ ਇਜਾਜ਼ਤ ਲੈ ਰਹੀ ਹਾਂ ਕਿਉਂਕਿ ਸਾਡਾ ਫਮਾ ਹੋਰ ਕੁਐਸਚਨ ਲਈ ਇਜਾਜ਼ਤ ਨਹੀਂ ਦੇ ਰਿਹਾ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਵਿਊਅਰਸ ਇਸ ਦੇ ਨਾਲ ਮੈਂ ਤੁਹਾਡੇ ਕੋਲ ਇਜਾਜ਼ਤ ਲੈਂਦੀ ਹਾਂ ਕੱਲ੍ਹ ਮਿਲਾਂਗੇ ਸੇਮ ਟਾਈਮ ਸੇਮ ਸ਼ੋਅ 'ਤੇ ਤਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ